ਪੰਜਾਬ ਵਿਧਾਨ ਸਭਾ ਦਾ ਬਜਟ اجلاس 1 ਮਾਰਚ ਨੂੰ ਯਾਨੀ ਕਿ ਅੱਜ ਰਾਜਪਾਲ ਬਨਵਾਰੀ ਲਾਲ ਬਰੋਹ ਦੇ ਭਾਸ਼ਣ ਦੇ ਨਾਲ ਸ਼ੁਰੂ ਹੋਵੇਗਾ ਸੱਤਾ ਤੇ ਵਿਰੋਧੀ ਧਿਰ ਨੇ ਬਜਟ اجلاس 'ਚ ਰਣਨੀਤੀ ਬਣਾਉਣ ਲਈ ਵਿਧਾਇਕ ਦਲ ਦੀ ਮੀਟਿੰਗ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਬੁਲਾਈ ਹੈ ਜਦਕਿ ਵਿਧਾਨ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵੀ ਕੱਲ ਹੋ ਸਕਦੀ ਹੈ ਸੋ ਦਰਅਸਲ ਵਿਧਾਨ ਸਭਾ ਤੇ ਬਿਜ਼ਨਸ ਸਦਨ ਦੀ ਕਾਰਵਾਈ ਬਾਰੇ ਫੈਸਲਾ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਵੱਲੋਂ ਲਿਆ ਜਾਂਦਾ ਹੈ ਜਾਣਕਾਰੀ ਅਨੁਸਾਰ ਵਿਰੋਧੀ ਧਿਰ ਨੇ ਸੂਬੇ 'ਚ ਮਨ ਕਾਨੂੰਨ ਦੀ ਵਿਗੜੀ ਹੋਈ ਸਥਿਤੀ ਕਿਸਾਨੀ ਮਸਲੇ ਹਰਿਆਣਾ ਪੁਲਿਸ ਦੀ ਕਿਸਾਨ ਸ਼ੁਕਰਨ ਸਿੰਘ ਦੀ ਮੌਤ ਦੇ देर ਨਾਲ ਮੁਕਦਮਾ ਦਰਜ ਕਰਨ ਨਜਾਇਜ਼ ਮਾਈਨਿੰਗ ਭ੍ਰਿਸ਼ਟਾਚਾਰ ਅਨੁਸੂਚਿਤ ਜਾਤੀ ਵਰਗ ਨਾਲ ਸੰਬੰਧਿਤ ਵਿਦਿਆਰਥੀਆਂ ਦੀਆਂ ਕਾਲਜਾਂ ਤੇ ਯੂਨੀਵਰਸਿਟੀਆਂ ਵੱਲੋਂ ਡਿਗਰੀ ਰੋਕ ਕੇ ਜਾਣ ਸਮੇਤ ਹੋਰ ਕਈ ਮੁੱਦਿਆਂ ਤੇ ਸਰਕਾਰ ਨੂੰ ਕੇਰਨ ਦੀ ਪੂਰੀ ਤਿਆਰੀ ਖਿੱਚੀ ਹੋਈ ਹੈ ਪਤਾ ਲੱਗਿਆ ਹੈ ਕਿ ਵਿਰੋਧੀ ਧਿਰ ਨੇ ਸਰਕਾਰ ਨੂੰ ਬਜਟ ਇਜਲਾਸ ਦੇ ਵਿੱਚ ਘੱਟ ਬੈਠਕਾਂ ਕਰਨ ਦੇ ਮੁੱਦੇ ਤੇ ਵੀ ਕੇਰਨ ਦੀ ਰਣਨੀਤੀ ਬਣਾਈ ਹੈ ਕਿਉਂਕਿ ਸਰਕਾਰ ਨੇ ਰਾਜਪਾਲ ਦੇ ਭਾਸ਼ਣ ਤੇ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਬਜਟ ਤੇ ਚਰਚਾ ਲਈ ਇੱਕ ਦਿਨ ਰੱਖਿਆ ਹੈ ਵਿਰੋਧੀ ਧਿਰ ਦਾ ਮੰਨਣਾ ਹੈ ਕਿ ਇੱਕ ਦਿਨ ਚ ਬਜਟ ਤੇ ਚਰਚਾ ਮੁਕੰਮਲ ਲਈ ਹੋ ਸਕਦੀ ਇਸ ਲਈ ਸਮਾਂ ਹੋਰ ਵਧਾਉਣ ਤੇ ਮੰਗ ਵੀ ਰੱਖਣਗੇ